ਇਹੀ ਮੈਂ ਜਾਣਨਾ ਚਾਹੁੰਦਾ ਕਿਉਂਕਿ ਦੁਨੀਆ ਭਰ ਦੇ ਵਿੱਚ ਲੋਕ ਸਵਾਲ ਕਰ ਰਹੇ ਨੇ, ਉਸ ਬੱਚੇ ਨੂੰ ਸ਼ਰਧਾਂਜਲੀ ਵੀ ਦੇ ਰਹੇ ਨੇ, ਪਰ ਹਰ ਕੋਈ ਜਾਣਨਾ ਚਾਹੁੰਦਾ ਕਿ ਅੰਮ੍ਰਿਤਪਾਲ ਸਿੰਘ ਦਾ ਪਿਛੋਕੜ, ਉਸਦੀ ਬੈਕਗ੍ਰਾਉਂਡ ਕੀ ਹੈ, ਕਿਉਂ ਇਹ ਲੱਗਾ ਕਿ ਇਹ ਜਿਹੜਾ ਉਸਨੂੰ ਵਾਰਦਾਤ ਅੰਜਾਮ ਦੇਣਾ ਪਿਆ। ਉਹਦਾ ਪਹਿਲਾਂ ਕੋਈ ਕ੍ਰਿਮੀਨਲ ਮਤਲਬ ਹੈ ਨਹੀਂ ਗਾ ਜੀ ਰਿਕਾਰਡ, ਇਸ ਤਰ੍ਹਾਂ ਹੀ ਤਕਰੀਬਨ ਮਤਲਬ ਕੋਈ 3 ਸਾਲ ਤੋਂ ਪਤਾ ਲੱਗਾ ਸੀ ਕਿ ਨਸ਼ਾ ਥੋੜ੍ਹਾ ਕਰਦਾ ਵਾ। ਉਦੋਂ ਬਾਅਦ ਦੇ ਵਿੱਚ ਇੱਕ ਵਾਰ ਇਹਦੇ 'ਤੇ ਛੋਟਾ ਪਰਚਾ ਵੀ ਹੋ ਗਿਆ ਬੱਲਾਂ ਤੋਂ ਲੈ ਕੇ ਆਉਣ ਡਿਆ ਸੀਗਾ 1 ਗ੍ਰਾਮ ਦਾ। ਉਦੋਂ ਬਾਅਦ ਦੇ ਵਿੱਚ ਅਸੀਂ ਉਹਨੂੰ ਪੁੱਛਿਆ ਵਾ ਵੀ ਤੂੰ ਕਰਦਾ ਨਸ਼ਾ ਕੋਈ, ਉਹਨੇ ਆਖਿਆ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ। ਫਿਰ ਮਤਲਬ ਤਕਰੀਬਨ ਮਤਲਬ ਪਤਾ ਲੱਗਾ ਵੀ ਇਹ ਜਿਹੜੀਆਂ ਸਰਕਾਰੀ ਗੋਲੀਆਂ ਉੱਥੋਂ ਲੈ ਕੇ ਉਹ ਖਾਂਦਾ ਰਿਹਾ ਜਾਂ ਮਤਲਬ ਪਤਾ ਨਹੀਂ ਕੀ ਕਰਦਾ ਰਿਹਾ, ਸਾਨੂੰ ਉਹਨੇ ਭੇਦ ਨਹੀਂ ਦਿੱਤਾ ਵੀ ਮੈਂ ਕੰਟੀਨਿਊ ਨਸ਼ਾ ਕਰਦਾ ਵਾਂ। ਬਾਕੀ ਇਹ ਸਾਨੂੰ ਕੋਈ ਆਸ ਨਹੀਂ ਹੈਗੀ ਹੈਗੀ ਵੀ ਉਹ ਐਡਾ ਤਗੜਾ ਕਾਂਡ ਕਰ ਦੇਵੇਗਾ। ਨੌਕਰੀ ਵੀ ਕਰਦਾ ਸੀ ਜਾਂ ਵਿਹਲਾ ਸੀ? ਪਹਿਲਾਂ ਉਹਨੂੰ ਨੌਕਰੀ ਲੱਗਾ ਸੀਗਾ, ਏਅਰਪੋਰਟ 'ਤੇ ਲੱਗਾ ਸੀਗਾ। ਉਦੋਂ ਬਾਅਦ ਦੇ ਵਿੱਚ ਜਦੋਂ ਇਹ ਨਸ਼ੇ ਦੀ ਲਪੇਟ 'ਚ ਆਇਆ ਵਾ, ਜਦੋਂ ਇਹਦੇ 'ਤੇ 1 ਗ੍ਰਾਮ ਦਾ ਪਰਚਾ ਆਇਆ ਅਤੇ ਉਹਨੇ ਡਿਪਾਰਟਮੈਂਟ ਨੇ ਇਹਨੂੰ ਕੱਢ ਦਿੱਤਾ ਸੀਗਾ। ਉਦੋਂ ਬਾਅਦ 'ਚ ਪ੍ਰਾਈਵੇਟ ਲਵਾਇਆ ਸੀਗਾ ਅਤੇ ਜਾਂਦਾ ਸੀਗਾ ਅਤੇ ਪਰ ਕਿਸੇ ਨਾ ਕਿਸੇ ਭੱਜ ਕਰਕੇ ਮਤਲਬ ਡਰਾਈਵਿੰਗ ਦੇ ਵਿੱਚ ਕਿਸੇ ਦੀ ਗੱਡੀ ਖਰਾਬ ਕਰਤੀ, ਕਿਤੇ ਕੁਛ ਕਰਤੀ, ਮਤਲਬ ਕੰਮ ਨਹੀਂ ਕਰਦਾ ਅਤੇ ਘਰੇ ਲੰਮੇ ਪਿਆ ਰਹਿੰਦਾ ਹੁੰਦਾ ਸੀਗਾ। ਗੱਲਬਾਤ ਪਤਾ ਲੱਗੀ ਪਿੰਡ ਦੇ ਵਿੱਚ ਕਿ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਬਹੁਤ ਘੱਟ ਵਿਚਰਦਾ ਸੀ? ਨਾ, ਬਸ ਸਤਿ ਸ੍ਰੀ ਅਕਾਲ ਤੋਂ ਬਗੈਰ ਕੁਛ ਨਹੀਂ ਕਰਦਾ। ਮਤਲਬ ਜੇ ਕੋਈ ਵੀ ਅੱਗੋਂ ਬੰਦਾ ਮਿਲਿਆ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣੀ, ਇਹਦੋਂ ਵੱਧ ਕੁਝ ਨਹੀਂ ਬੋਲਦਾ। ਗੱਲ ਬੜੀ ਇੱਕ ਮੰਦਭਾਗੀ ਗੱਲ, ਇੱਕ ਤਾਂ ਉਸਦੇ ਘਟਨਾ ਨੂੰ ਅੰਜਾਮ ਦਿੱਤਾ, ਉਸ ਤੋਂ ਬਾਅਦ ਪੁਲਿਸ ਕਸਟਡੀ ਦੇ ਵਿੱਚ ਜਦੋਂ ਮੀਡੀਆ ਦੇ ਕੁਝ ਸਾਥੀ ਗੱਲ ਕਰਦੇ ਨੇ ਤਾਂ ਬੜੀ ਸ਼ਰਮਨਾਕ ਗੱਲ ਕਰਦਾ ਕਿ ਛੋਟਾ ਬੱਚਾ ਮੈਨੂੰ ਡੰਡੇ ਮਾਰਦਾ ਸੀ। ਇਹ ਤਾਂ ਵੇਖੋ ਤੁਸੀਂ ਵੀ ਜਾਣਦੇ ਜੇ ਜੀ ਇਤਿਹਾਸ ਹੋਈ ਨਹੀਂ ਗੱਲ ਆ, ਤੁਸੀਂ ਸਿਆਣੇ ਜੇ, ਛੋਟਾ ਬੱਚਾ ਕੀ ਮਾਰਦੂ? ਜੇ ਹੁਣ ਲਾਡ ਨਾਲ ਕਿਸੇ ਨੇ ਮਤਲਬ ਧੱਫਾ ਮਾਰ ਵੀ ਦਿੱਤਾ ਤਾਂ ਉਹਨੂੰ ਆਪਾਂ ਡੰਡਾ ਥੋੜ੍ਹੀ ਕਵਾਂਗੇ? ਉਹਦੇ ਬੱਚੇ ਨਾਲ ਪਿਆਰ ਕਰ, ਪਰਸੋਂ ਤੋਂ ਉਹਨੂੰ ਅਜੇ ਤਕਰੀਬਨ ਜਦੋਂ ਬੈਂਕ ਗਿਆ ਉਦੋਂ ਨਾਲ ਖੜਿਆ, ਇੱਧਰ ਤਕਰੀਬਨ ਰਾਸਾਂ ਸੀ ਕਿਸ਼ਤ ਤਾਰ ਕੇ ਆਏ ਉਦੋਂ ਮੋਟਰਸਾਈਕਲ 'ਤੇ ਉਹ ਨਾਲ ਗਿਆ ਵਾ। ਜੇ ਉਹ ਤਕਰੀਬਨ ਉਹਨਾਂ ਦੇ ਵਿੱਚ ਕੋਈ ਉਹੋ ਜਿਹੀ ਗੱਲ ਹੁੰਦੀ ਤਾਂ ਉਹ ਰਸਤੇ ਦੇ ਵਿੱਚ ਵੀ ਮਾਰ ਸਕਦਾ ਸੀਗਾ। ਪਰ ਉਹਦੀ ਆਪਣੀ ਮਾਂ ਵਾ ਜਿਹੜੀ ਤੁਹਾਡੀ ਭੈਣ ਆ, ਉਹਨੂੰ ਵੀ ਕਦੇ ਤੰਗ ਪਰੇਸ਼ਾਨ ਕਰਦਾ ਸੀ ਕਦੇ ਪਹਿਲਾਂ ਗੱਲਬਾਤ ਹੋਈ? ਨਹੀਂ, ਮੈਂ 10 ਦਿਨ ਪਹਿਲਾਂ ਆਪਣੀ ਭੈਣ ਨੂੰ ਪੁੱਛਿਆ ਸੀਗਾ ਵੀ ਤੈਨੂੰ ਕੋਈ ਪ੍ਰੋਬਲਮ ਆ, ਤੈਨੂੰ ਕੋਈ ਦੱਸ, ਪਰ ਉਹਨੇ ਮੈਨੂੰ ਕੁਛ ਨਹੀਂ ਦੱਸਿਆ। ਬਾਕੀ ਮੈਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਾ ਵਾ ਵੀ ਉਹਦਾ 2-4 ਦਿਨ ਤੋਂ BP ਕਾਫੀ ਹਾਈ ਸੀਗਾ, ਉਹ ਕਿਸੇ ਟੈਨਸ਼ਨ ਦੇ ਵਿੱਚ ਹੈਗੀ ਸੀਗੀ। ਯਾਨੀ ਕਿ ਹਰ ਇੱਕ ਮਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਘਰ ਦੀ ਗੱਲ ਜਿਹੜੀ ਹੈ ਉਹ ਘਰ ਦੇ ਵਿੱਚ ਹੀ ਰਹੇ, ਪੁੱਤ ਭਾਵੇਂ ਕਿੰਨਾ ਵੀ ਮਾੜਾ ਹੋਵੇ। ਪਰ ਪੁੱਤ ਕਪੁੱਤ ਦੀ ਤਾਂ ਕਹਾਣੀ ਸੁਰੀ ਸੀ, ਪਰ ਇਸ ਤਰੀਕੇ ਦੇ ਨਾਲ ਇੱਕ ਪੁੱਤ ਕਾਤਲ ਬਣ ਜਾਏਗਾ, ਇਹ ਸ਼ਾਇਦ ਕੋਈ ਵੀ ਨਹੀਂ ਇਸ ਗੱਲ ਨੂੰ ਹਜ਼ਮ ਕਰ ਪਾ ਰਿਹਾ। ਨਹੀਂ, ਸਾਡੇ ਕਿਸੇ ਵੀ ਪਰਿਵਾਰ ਨੂੰ, ਪਿੰਡ ਨੂੰ, ਇਲਾਕੇ ਨੂੰ ਕਿਸੇ ਨੂੰ ਕੋਈ ਆਸ ਨਹੀਂ ਵੀ ਐਡਾ ਤਗੜਾ ਇਹ ਕਾਂਡ ਕਰ ਦੇਗਾ, ਅਤੇ ਨਾਲੇ ਕੋਈ ਫੈਮਿਲੀ ਕੋਈ ਇਹੋ ਜਿਹੀ ਕ੍ਰਿਮੀਨਲ ਫੈਮਿਲੀ ਨਹੀਂ ਹੈਗੀ। ਸਾਰੇ ਭਲੇ ਮਾਨਸ ਬੰਦੇ ਹੈਗੇ ਆ, ਜਿੰਨੇ ਵੀ ਇਹ ਪਰਿਵਾਰ ਹੈਗੇ ਆ, ਕੋਈ ਵੀ ਕ੍ਰਿਮੀਨਲ ਇੱਦਾਂ ਦੇ ਵਿੱਚ ਬੰਦਾ ਨਹੀਂ ਗਾ ਵੀ ਕਿਸੇ ਦਾ ਕੋਈ ਇਹੋ ਜਿਹਾ ਪਿਛੋਕੜ ਹੋਵੇ ਕਿਸੇ ਨੂੰ ਵੇਖ ਕੇ ਕੀਤਾ ਹੋਵੇ, ਪਰ ਨਹੀਂ, ਪਰ ਇਹਨੇ ਗੱਲ ਨਵਾਂ ਹੀ ਕੰਮ ਕਰਤਾ ਜੀ। ਇੱਕ ਭਾਈ ਸਾਹਿਬ, ਮਾਂ ਪੁੱਤ ਔਰ ਚਾਚੇ ਭਤੀਜੇ ਦਾ ਜਿਹੜਾ ਰਿਸ਼ਤਾ ਹੈ ਉਹ ਬੜਾ ਉੱਚਾ ਰਿਸ਼ਤਾ ਮੰਨਿਆ ਜਾਂਦਾ ਔਰ ਬੜਾ ਗੂੜਾ ਰਿਸ਼ਤਾ ਮੰਨਿਆ ਜਾਂਦਾ, ਤੁਸੀਂ ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਉਹਨੇ ਇਹਨਾਂ ਰਿਸ਼ਤਿਆਂ ਨੂੰ ਵੀ ਤਾਰ ਤਾਰ ਕੀਤਾ ਔਰ ਸਮਾਜ ਨੂੰ ਵੀ ਸ਼ਰਮਸਾਰ ਕੀਤਾ? ਬਿਲਕੁਲ ਜੀ, ਬਿਲਕੁਲ ਤਾਰ ਤਾਰ ਕਰਤਾ, ਸ਼ਰਮਸਾਰ ਕਰਤਾ, ਮਤਲਬ ਵੀ ਤਕਰੀਬਨ ਬਹੁਤ ਜ਼ਿਆਦਾ ਘਟੀਆ ਕੰਮ ਕਰ ਦਿੱਤਾ ਜੀ ਇਹ। ਅਤੇ ਬਾਕੀ ਅਸੀਂ ਤਾਂ ਇਹੋ ਹੀ ਗੱਲ ਕਰਨੀ ਚਾਹੁੰਦੇ ਹਾਂ ਵੀ ਇਹ ਨਸ਼ੇ ਦੇ ਠੱਲ ਪਾਉਣੀ, ਨਸ਼ੇ ਦਾ ਨਿਚੋੜ ਜੇ ਕੀਤਾ ਜੋ ਹੋਇਆ ਵਾ, ਜੇ ਉਹ ਬੰਦਾ ਨਸ਼ਾ ਨਾ ਕਰਦਾ ਹੁੰਦਾ ਤਾਂ ਆਪਣੀ ਮਾਂ ਨੂੰ ਕਦੀ ਇਹਨਾਂ ਬੇਰਹਿਮੀ ਦੇ ਨਾਲ ਕਤਲ ਨਾ ਕਰਦਾ, ਭਾਬੀ ਨੂੰ ਬੇਰਹਿਮੀ ਨਾਲ ਕਤਲ ਨਾ ਕਰਦਾ, ਬੱਚਾ ਛੋਟਾ ਜਿਹਾ ਸਾਰੇ ਤਰ੍ਹਾਂ ਤਰ੍ਹਾਂ ਕਰਨ ਡਿਆ, ਇਲਾਕਾ ਤਰ੍ਹਾਂ ਤਰ੍ਹਾਂ ਕਰਨ ਡਿਆ, ਪਰ ਉਹ ਬੰਦੇ ਨੂੰ ਕਿਉਂ ਨਹੀਂ ਤਰਸਾਇਆ? ਜਦੋਂ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵੇਲੇ ਵੀ ਕਿਹਾ ਜਾ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ? ਹਾਂਜੀ, ਨਸ਼ੇ ਤੋਂ ਬਗੈਰ ਕਰ ਹੀ ਨਹੀਂ ਸਕਦਾ ਜੀ, ਨਸ਼ੇ ਤੋਂ ਬਗੈਰ ਤਾਂ ਉਹ ਤਕਰੀਬਨ ਕਿਤੇ ਕੁੱਤੀ ਨੂੰ ਸੋਟਾ ਨਹੀਂ ਮਾਰਿਆ ਕਦੀ ਉਹਨੇ, ਮਤਲਬ ਇਹ ਬੰਦਾ ਇੱਡਾ ਸੀਗਾ, ਮਤਲਬ ਸਤਿ ਸ੍ਰੀ ਅਕਾਲ ਤੋਂ ਸਵਾਈ ਕਦੀ ਬੋਲਿਆ ਹੀ ਨਹੀਂ ਗਾ।
ਇਹ ਸਭ ਨਸ਼ੇ ਦੀ ਦੇਣ ਹੈ ਜੀ। ਤੁਹਾਡਾ ਜਿਹੜਾ ਦੂਸਰਾ ਭਾਣਜਾ ਹੈ ਜਿਹੜਾ ਇਹਦਾ ਭਰਾ ਛੋਟਾ, ਉਹਦੇ ਔਰ ਇਹਦੇ ਆਪਸ ਦੇ ਵਿੱਚ ਰਿਸ਼ਤੇ ਸਹੀ ਸੀ ਜਾਂ ਕੋਈ ਉਸ ਆਪਸ ਦੇ ਵਿੱਚ ਕੋਈ ਸੀ? ਨਹੀਂ, ਬਹੁਤ ਵਧੀਆ ਸੰਬੰਧ ਸੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਦੀ ਵੀ ਤਕਰਾਰ ਨਹੀਂ ਕਦੀ ਸੁਣਿਆ ਇਹਨਾਂ ਦਾ। ਪਹਿਲਾਂ ਏਅਰਪੋਰਟ ਤੇ ਇਕੱਠੇ ਨੌਕਰੀ ਕਰਦੇ ਰਹੇ, ਉਦੋਂ ਬਾਅਦ ਚ ਉਹਦਾ ਡੁਬਈ ਚ ਕੰਮ ਚੱਲ ਪਿਆ, ਡੁਬਈ ਚਲੇ ਗਿਆ, ਇਹ ਕਰਕੇ ਕਦੀ ਵੀ ਅਸੀਂ ਨਹੀਂ ਕੋਈ ਮਤਲਬ ਵੇਖਿਆ ਵੀ ਕੋਈ ਰੰਜਿਸ਼ ਰੱਖੀ ਹੋਏਗੀ ਉਹਨੇ। ਆਖਰੀ ਸਵਾਲ, ਹੁਣ ਜਿਹੜਾ ਬੱਚੇ ਦਾ ਪਿਤਾ ਦੁਬਈ ਤੋਂ ਆ ਚੁੱਕਾ, ਉਸ ਦੇ ਹਾਲਾਤ ਕੀ ਨੇ ਇਸ ਵੇਲੇ? ਉਸ ਦੇ ਹਾਲਾਤ ਇਹ ਹੈ ਵੀ ਉਹਨੂੰ ਅਸੀਂ ਤਕਰੀਬਨ 7 ਵਜੇ ਲਿਆਏ ਹਾਂ ਏਅਰਪੋਰਟ ਤੋਂ, ਆਣ ਕੇ ਉਹਨੂੰ ਮੈਡੀਕਲ ਟ੍ਰੀਟਮੈਂਟ ਦਿੱਤਾ ਵਾ, ਉਹ ਅਜੇ ਤਕਰੀਬਨ ਸੁਧ ਨਹੀਂ ਕਰ ਰਿਹਾ, ਮਤਲਬ ਇੰਨਾ ਮਤਲਬ ਡਿਪਰੈਸ਼ਨ 'ਚ ਆ ਗਿਆ ਵਾ, ਇਸ ਕਰਕੇ ਹੁਣ ਵੇਖੋ ਕਦੋਂ ਉੱਠਦਾ ਵਾ, ਅਜੇ ਤੱਕ ਤਾਂ ਉਹ ਬੇਸੁੱਧ ਹੈ ਜੀ। ਇਹ ਵੀ ਗੱਲ ਪਤਾ ਲੱਗੀ ਕਿ ਜਦੋਂ ਉਹਨੂੰ ਇਹ ਜਾਣਕਾਰੀ ਦਿੱਤੀ ਗਈ ਤਾਂ ਉਹਦਾ ਇਹ ਕਹਿਣਾ ਸੀ ਕਿ ਮੇਰੀ ਤਾਂ ਹੁਣ ਦੁਨੀਆ ਹੀ ਖਤਮ ਹੋ ਚੁੱਕੀ ਹੈ, ਮੈਂ ਆ ਕੇ ਕਰੂੰਗਾ ਕੀ? ਉਹ ਤਾਂ ਵੇਖੋ ਜੀ, ਉਹਨੇ ਆਖਿਆ ਮਤਲਬ ਵੀ ਆਖਿਆ ਮੈਨੂੰ ਫੋਨ 'ਤੇ ਕਿਹਾ ਵੀ ਮਾਮਾ ਜੀ ਮੈਂ ਕੀ ਕਰਨਾ ਇੱਥੇ ਆਣ ਕੇ, ਮੇਰਾ ਤਾਂ ਪਰਿਵਾਰ ਹੀ ਖਤਮ ਕਰਤਾ, ਅਤੇ ਮੈਂ ਵੀ ਪੁੱਤ ਘਰ ਆਉਣਾ ਹੀ ਪੈਣਾ, ਆਓ। ਇਹ ਕਰਕੇ ਉਹਨੂੰ ਬੜੀ ਜ਼ਬਰਦਸਤੀ ਸੱਦਿਆ, ਉੱਥੋਂ ਸਪੈਸ਼ਲ ਇੱਕ ਬੰਦਾ ਉਹਨਾਂ ਕੰਪਨੀ ਵਾਲਿਆਂ ਨਾਲ ਘਲਾਇਆ ਵੀ ਕੋਈ ਰਸਤੇ ਦੇ ਵਿੱਚ ਹਾਦਸਾ ਨਾ ਕਰ ਪਵੇ, ਮਨੋਬਲ ਡਿੱਗਾ ਸੀਗਾ। ਇਸ ਕਰਕੇ ਉਹ ਘਰ ਪਹੁੰਚ ਗਿਆ, ਅਸੀਂ ਸ਼ੁਕਰ ਕਰਦੇ ਪਰਮਾਤਮਾ ਦਾ ਵੀ ਉਹ ਸਵੇਰੇ ਘਰ ਆ ਗਿਆ। ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸਾਬਕਾ ਫੌਜੀ ਦੱਸੇ ਜਾ ਰਹੇ ਨੇ, ਉਹ ਇਸ ਵੇਲੇ ਕਿੱਥੇ ਨੌਕਰੀ ਕਰਦੇ ਔਰ ਹੁਣ ਉਹ ਕਦੋਂ ਤੱਕ ਪਹੁੰਚਣਗੇ? ਉਹ ਝਾਰਖੰਡ ਪੁਲਿਸ ਦੇ ਵਿੱਚ ਹੋ ਗਏ ਆਰਮੀ ਤੋਂ ਆਣ ਕੇ, ਉਹ ਕੱਲ੍ਹ ਸਵੇਰ ਦੇ ਤੁਰੇ ਉੱਥੋਂ, ਇਸ ਵੇਲੇ ਉਹਨਾਂ ਦਾ ਮਤਲਬ ਤਕਰੀਬਨ ਕੋਈ ਰਈਏ ਤੋਂ ਪਿੱਛੇ ਨੇ ਇਸ ਵੇਲੇ, ਅਤੇ ਉਹ ਤਕਰੀਬਨ ਮਤਲਬ ਕੋਈ 5-6 ਦੇ ਲੱਗ ਜਾ ਕੇ ਘਰ ਪਹੁੰਚਣਗੇ, ਅਤੇ ਜਦੋਂ ਵੀ ਉਹ ਆਉਣਗੇ ਫਿਰ ਉਹਨਾਂ ਜਾ ਕੇ ਅੱਗੋਂ ਲਿਆਂਦਾ ਜਾਊਗਾ। ਜਿਹੜੀ ਉਸ ਵੱਲੋਂ ਘਿਨੌਨੀ ਹਰਕਤ ਕੀਤੀ ਗਈ ਹੈ, ਉਸ ਦੇ ਲਈ ਪਰਿਵਾਰ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰ? ਅਸੀਂ ਇਹਨੇ ਫਾਂਸੀ ਹੋਣੀ ਚਾਹੀਦੀ ਜੀ, ਤਿੰਨਾਂ ਨੂੰ ਫਾਂਸੀ ਉਹਨੇ ਦਿੱਤੀ ਆ, ਅਤੇ ਸਰਕਾਰ ਇੱਕ ਨੂੰ ਵੀ ਨਹੀਂ ਦੇ ਸਕਦੀ, ਫਾਂਸੀ ਹੋਣੀ ਚਾਹੀਦੀ ਹੈ। ਉਹਦਾ ਇਹ ਹੁੰਦਾ ਵਾ ਵੀ ਇਹਨੂੰ ਫਾਂਸੀ ਮਿਲੇਗੀ ਨਾ ਅਤੇ ਗਾਂਹ ਸਮਾਜ ਨੂੰ ਸੇਧ ਆ ਜਾਏਗੀ ਵੀ ਮਤਲਬ ਵੀ ਤਕਰੀਬਨ ਇਹੋ ਜਿਹਾ ਘਿਨਾਉਣਾ ਕੰਮ ਨਹੀਂ ਕਰਨਾ।